ਨਾਂ ਹਰਮਨਜੋਤ ਸਿੰਘ ਹੈ ਜੀ, ਅਤੇ ਸਾਡਾ ਪੰਪ ਹੈਗਾ ਜੀ ਇੱਥੇ ਨਿਆਰਾ ਐਨਰਜੀ ਨਾਂ ਦੇ ਨਾਂ ਤੋਂ, ਹਰਮਨ ਆਟੋ ਫਿਊਲਸ ਗੁਨਿਆਣਾ ਰੋਡ 'ਤੇ। ਤਾਂ ਅਸੀਂ ਆਪਦੀ ਆਹ ਗੱਡੀ ਮੰਗਾਈ ਸੀਗੀ, ਸਟੋਕ ਮੰਗਾਇਆ ਸੀ ਡੀਜ਼ਲ ਅਤੇ ਪੈਟਰੋਲ ਦਾ। ਤਾਂ ਅਸੀਂ ਜਦੋਂ ਡੀਪੂ ਤੋਂ ਗੱਡੀ ਅਸੀਂ ਆਪਦੀ ਗੱਡੀ ਪਿੱਛੇ ਲੈ ਕੇ ਆਉਂਦੇ ਵੀ ਰਾਹ 'ਚ ਕੋਈ ਚੋਰੀ ਨਾ ਹੋਵੇ। ਅਤੇ ਜਦੋਂ ਅਸੀਂ ਆਪਦੇ ਪੰਪ 'ਤੇ ਗੱਡੀ ਨੂੰ ਖਾਲੀ ਕੀਤਾ ਗੱਡੀ ਨੂੰ ਸਾਰੀ ਚੈੱਕ ਚੁੱਕ ਕਰਿਆ ਵੀ ਸਾਡਾ, ਉਸ ਤੋਂ ਬਾਅਦ ਜਦੋਂ ਸਾਡਾ ਕੰਪਿਊਟਰ 'ਚ ਇੱਕ ਆਟੋਮੇਸ਼ਨ ਹੈਗਾ ਅਤੇ ਸਾਡਾ ਸਟੋਕ ਘੱਟ ਰਿਹਾ ਸੀ ਕੁਛ 200 300 ਲੀਟਰ ਡੀਜ਼ਲ ਸੀ, 100 ਲੀਟਰ ਪੈਟਰੋਲ ਸੀਗਾ, ਤਾਂ ਸਾਨੂੰ ਸ਼ੱਕ ਪਿਆ ਅਤੇ ਅਸੀਂ ਡਰਾਈਵਰ ਨੂੰ ਪੁੱਛਗਿੱਛ ਕੀਤੀ ਤਾਂ ਉਹ ਘਬਰਾ ਗਿਆ ਜੀ। ਠੀਕ ਹੈ ਜੀ। ਅਤੇ ਜਦੋਂ ਅਸੀਂ ਫਿਰ ਉਹਨੂੰ ਕਿਹਾ ਵੀ ਤੇਰੇ ਚੋਰੀ ਦੇ ਟੈਂਕ ਬਣੇ ਹੋਏ ਆ ਅੰਦਰ, ਵੀ ਤੂੰ ਦੱਸ ਦੇ, ਤਾਂ ਉਹ ਜਮਾਂ ਘਬਰਾ ਗਿਆ। ਫਿਰ ਜਦੋਂ ਅਸੀਂ ਆਪਸ 'ਚ ਸਾਰੀ ਗੱਲਬਾਤ ਕਰਨ ਲੱਗ ਗਏ, ਆਪਦਾ ਸਟੋਕ ਸਟੂਕ ਪਹਿਲਾਂ ਕਿੰਨਾ ਘਟਿਆ ਇਹ ਉਹ ਸਾਰਾ ਦੇਖਣ ਲੱਗ ਗਏ, ਤਾਂ ਉਹਨੇ ਨੂੰ ਡਰਾਈਵਰ ਭੱਜ ਗਿਆ। ਫਿਰ ਉਸ ਤੋਂ ਬਾਅਦ ਅਸੀਂ ਇੰਸਪੈਕਸ਼ਨ ਸ਼ੁਰੂ ਕੀਤੀ ਗੱਡੀ ਦੀ, ਅਤੇ ਜਦੋਂ ਅਸੀਂ ਰਾਤ ਨੂੰ ਲੱਭੀ ਗਏ ਤਾਂ ਸਾਨੂੰ ਇੱਕ ਪੱਤੀ ਲੱਭੀ ਅੰਦਰੋਂ। ਠੀਕ ਹੈ ਜੀ। ਤਾਂ ਪੱਤੀ ਲੱਭੀ ਤਾਂ ਅਸੀਂ ਉਹਨੂੰ ਹਿਲਾਇਆ ਇੱਧਰ ਉੱਧਰ ਕਰਿਆ ਤਾਂ ਥੱਲੋਂ ਡੀਜ਼ਲ ਜਾਂ ਪੈਟਰੋਲ ਥੱਲੇ ਮੇਨ ਟੈਂਕ 'ਚ ਆਉਣ ਲੱਗ ਗਿਆ, ਜਿਹੜਾ ਚੋਰੀ ਵਾਲਾ ਟੈਂਕ 'ਚ ਉਹ ਥੱਲੇ ਆਉਣ ਲੱਗ ਗਿਆ ਮੇਨ ਟੈਂਕ 'ਚ। ਜਦੋਂ ਡਿੱਗਣ ਲੱਗ ਗਿਆ ਫਿਰ ਸਾਡਾ ਹੋਸ਼ ਉੱਡ ਗਿਆ ਵੀ ਆਹ ਕੀ ਸਿਸਟਮ ਬਣਿਆ ਹੋਇਆ ਅੰਦਰ ਸਾਰਾ। ਫਿਰ ਅਸੀਂ ਅਗਲੇ ਦਿਨ ਕੰਪਲੇਂਟ ਕੰਪਲੂਟ ਕਰੀ, ਸਾਰਿਆਂ ਨੂੰ ਮੇਲਾਂ ਮੂਲਾਂ ਪਾਈਆਂ, ਪੁਲਿਸ 'ਚ ਦੱਸਿਆ, ਆਹ ਸਾਰਾ ਸਾਡੇ ਨਾਲ ਠੱਗੀ ਹੋਈ ਸੀਗੀ। ਹੁਣ ਇਹ ਗੱਡੀ ਦੀ ਠੱਗੀ ਸਾਡੇ ਨਾਲ 400 ਲੀਟਰ ਦੀ ਹੈ, ਅਤੇ ਅਸੀਂ ਹਿਸਾਬ ਲਈ ਤਾਂ ਸਾਡੇ ਨਾਲ 13-14 ਹਜ਼ਾਰ ਲੀਟਰ ਦੀ ਠੱਗੀ ਹੋਈ ਹੈ ਪੂਰੇ ਸਾਲ 'ਚ। ਅੱਛਾ, ਕਿੰਨੀ ਕੁ ਵਾਰ ਤੁਹਾਡੇ ਕੋਲ ਇਹ ਗੱਡੀ ਆ ਚੁੱਕੀ? ਇਹ ਜੀ ਸਾਡੇ ਕੋਲ 1.5 ਸਾਲ ਤੋਂ ਇਹ ਗੱਡੀ ਆ ਰਹੀ ਹੈ। ਇਹਦੀਆਂ ਹੋਰ ਇਸ ਕੰਟਰੈਕਟਰ ਦੀਆਂ 3 ਗੱਡੀਆਂ ਹੋਰ ਸਾਡੇ ਕੋਲ ਆਉਂਦੀਆਂ ਡੀਜ਼ਲ ਛੱਡਣ। ਠੀਕ। ਇਹਨਾਂ ਦਾ ਕੰਟਰੈਕਟ ਹੈਗਾ ਨਿਆਰਾ ਵਾਲਿਆਂ ਨਾਲ, ਅਤੇ ਇਹ ਕੰਟਰੈਕਟਰ ਦੀ 8-9 ਗੱਡੀਆਂ ਨੇ ਨਿਆਰਾ 'ਚ, ਅਤੇ ਸਾਡੇ ਕੋਲ 3-4 ਗੱਡੀਆਂ ਇਹ ਗੇੜੇ ਲਾਉਂਦੀਆਂ ਹੀ ਹੈ। ਕਿਹੋ ਜਿਹੀ ਤੁਹਾਡੇ ਕੋਲੋਂ ਕਾਰਵਾਈ ਕਰਾਈ ਗਈ ਆ? ਬਸ ਜੀ ਸਰ, ਹੁਣ ਅਸੀਂ ਪੁਲਿਸ ਨੂੰ ਦੱਸਿਆ ਹੋਇਆ, ਪੁਲਿਸ ਸਾਰਿਆਂ ਨੂੰ ਬੁਲਾ ਰਹੀ ਹੈ, ਨਾਪਤੋਲ ਅਫਸਰ ਆਏ ਹੋਏ ਆ, ਨਿਆਰਾ ਦੇ ਅਫਸਰ ਆਏ ਹੋਏ ਆ ਅੱਜ, ਹੁਣ ਇਹ ਮਸਲੇ ਨੂੰ 18 ਤਰੀਕ ਦਾ ਮਸਲਾ, ਅਤੇ ਅੱਜ ਸਾਰੇ ਆਏ ਹੋਏ ਆ ਜੀ, ਅਤੇ ਹੁਣ ਦੇਖਦੇ ਹਾਂ ਕੀ ਕਹਿੰਦੇ ਆ। ਹੁਣ ਇਸ ਮੇਨ ਤਾਂ ਚੱਕਰ ਸਰ ਇਹ ਹੈ ਜੀ, ਇਹਦੇ ਵਿੱਚ ਸੀਲਾਂ ਲੱਗਦੀਆਂ, ਨਾਪਤੋਲ ਅਫਸਰ ਦੀਆਂ ਸੀਲਾਂ ਲੱਗਦੀਆਂ, ਨਿਆਰਾ ਐਨਰਜੀ ਦੀਆਂ ਸੀਲਾਂ ਲੱਗਦੀਆਂ। ਇਹ ਸੀਲਾਂ ਲੱਗਣ ਤੋਂ ਬਾਅਦ ਇਹ ਟੈਂਕ ਬਣੇ ਆ ਚੋਰੀ ਵਾਲੇ ਕਿ ਪਹਿਲਾਂ ਹੀ ਬਣੇ ਹੋਏ ਆ? ਕੀ ਭਗਤ ਹੈਗੀ ਆ ਇਹ, ਕੀ ਹਿਸਾਬ ਹੈਗਾ, ਸਾਨੂੰ ਸਮਝ ਨਹੀਂ ਆ ਰਹੀ ਹੈ। ਇਹ ਮੈਨੀਪੁਲੇਸ਼ਨ ਜਿਹੜੀ ਟੈਂਕ 'ਚ ਹੋਈ ਹੈ, ਕਦੋਂ ਹੋਈ ਹੈ, ਕਿਵੇਂ ਹੋਈ ਹੈ, ਕੰਟਰੈਕਟਰ ਕਿਵੇਂ ਕਰ ਸਕਦਾ? ਅੱਛਾ, ਕੀ ਮੰਗ ਕਰਦੇ ਹੋ ਤੁਸੀਂ? ਸਰ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ। ਅਸੀਂ ਵੀ ਹੁਣ ਅਸੀਂ ਇੱਕ ਕੰਮ ਖੋਲਿਆ, ਉਹਦੇ ਕਮਾਉਣ ਵਾਸਤੇ ਹੀ ਖੋਲਿਆ ਜੀ। ਹੁਣ ਜਦੋਂ ਅਸੀਂ ਆਪਦੇ ਪੱਲੇ ਹੀ ਡੀਜ਼ਲ ਪਾਈ ਜਾਂਦੇ ਹਾਂ, ਸਾਰਿਆਂ ਨੂੰ ਇਹਦਾ ਕੀ ਫਾਇਦਾ ਹੋ ਗਿਆ ਆਪਾਂ ਨੂੰ? 13-14 ਹਜ਼ਾਰ ਲੀਟਰ ਦੀ ਠੱਗੀ ਤਾਂ ਬਹੁਤ ਵੱਡੀ ਠੱਗੀ ਹੋ ਗਈ, ਤੁਸੀਂ ਲਓ ਹਿਸਾਬ ਲਓ 14-15 ਲੱਖ ਰੁਪਇਆ ਹੋ ਗਿਆ, 13 ਜਿੰਨਾ ਵੀ ਬਣਦਾ ਹੈਗਾ, ਅੰਦਾਜ਼ਾ ਤਾਂ ਦੇ ਰਿਹਾ ਤੁਹਾਨੂੰ ਇੱਕ ਮੈਂ। ਸਰ ਸਾਰਾ ਪੰਜਾਬ ਐਸੋਸੀਏਸ਼ਨ ਸਾਡੇ ਨਾਲ ਹੈ ਜੀ, ਜੋ ਹੁਣ ਸਾਡੀ ਪਹਿਲੀ ਪਹਿਲ ਇਹ ਹੈ ਵੀ ਸਾਨੂੰ ਇਨਸਾਫ ਮਿਲ ਜੇ, ਨਾ ਮਿਲਿਆ ਤਾਂ ਸਾਰੀ ਐਸੋਸੀਏਸ਼ਨ ਸਾਡੇ ਨਾਲ ਹੈ, ਅਸੀਂ ਜਿਹੜੀ ਹੱਦ ਤੱਕ ਜਾਣਾ ਹੋਇਆ ਅਸੀਂ ਜਾਵਾਂਗੇ। ਮੈਂ ਜੀ ASA ਰਿੰਦਰ ਸਿੰਘ, ਥਾਣਾ ਨਈਆਂਵਾਲਾ, ਜ਼ਿਲ੍ਹਾ ਬਠਿੰਡਾ, ਅਤੇ ਜਿਹੜਾ ਇਹ ਆਪਣਾ ਗੱਡੀ ਫੜੀ ਗਿਆ ਸੀ, ਇਹ ਇਹਨਾਂ ਦੇ ਬਿਆਨਾਂ ਦੇ ਮੁਤਾਬਕ ਡਰਾਈਵਰ ਤੇਲ ਲੈ ਕੇ ਆਏ ਸੀਗੇ ਡੰਪ ਤੋਂ, ਉਦੋਂ ਬਾਅਦ ਤੇਲ ਘੱਟ ਹੋਣਾ ਪਾਇਆ ਗਿਆ, ਜਿਨ੍ਹਾਂ ਦੇ ਇਹਨਾਂ ਦੇ ਬਿਆਨ 'ਤੇ ਅਸੀਂ ਜਿਹੜਾ ਇਹ ਮੁਕੱਦਮਾ ਨੰਬਰ ਇਹਨਾਂ ਦੇ ਬਿਆਨ ਦਰਜ ਰਜਿਸਟਰ ਕਰਤਾ ਹੈਗਾ। ਅਤੇ ਅੱਜ ਜਿਹੜੀ ਨਾਪਤੋਲ ਟੀਮ ਹੈ ਜਿਹੜੀ ਗੀ ਆ, ਅਤੇ ਇੱਕ ਨਾਇਰਾ ਕੰਪਨੀ ਦੀ ਜਿਹੜੀ ਟੀਮ, ਉਹਨਾਂ ਨੂੰ ਅਸੀਂ ਬੁਲਾਇਆ ਹੈਗਾ। ਉਹ ਇੱਕ ਤਾਂ ਨਾਇਰਾ ਜਿਹੜੀ ਕੰਪਨੀ ਉਹ ਸੀਲਾਂ ਬਾਰੇ ਦੱਸਣਗੇ, ਅਤੇ ਨਾਪਤੋਲ ਵਾਲੇ ਵੀ ਆਪਣੀਆਂ ਸੀਲਾਂ ਦੱਸਣਗੇ, ਅਤੇ ਤੇਲ ਦੀ ਜਿਹੜੀ ਬੇਨਤੀ ਕੀਤੀ ਜਾਊਗੀ। ਜੇਕਰ ਗੱਲ ਕੀਤੀ ਜਾਵੇ ਤੇਲ ਦੀ ਕਿਸ ਤਰ੍ਹਾਂ ਚੋਰੀ ਕਰਦੇ ਸੀਗੇ, ਅਤੇ ਜਿਹੜਾ ਹੈਗਾ ਕਿਸ ਤਰ੍ਹਾਂ ਇਹਦਾ ਸਾਰਾ ਜਿਹੜਾ ਇਹ ਗਰੋਥ ਚੱਲ ਰਿਹਾ ਸੀਗਾ? ਇਹ ਗਰੋਥ ਇਹ ਚੱਲ ਰਿਹਾ ਜੀ, ਇਹ ਜਿਹੜਾ ਟੈਂਕਰ ਹੈਗਾ, ਟੈਂਕਰ ਜਿਹੜਾ ਪਹਿਲਾਂ ਤੋਂ ਜਿਹੜੀ ਬੋਡੀ ਮੈਨੂਫੈਕਚਰਿੰਗ ਹੈਗੀ ਇਹਦੀ, ਪਰ ਲੇਕਿਨ ਇਹਨਾਂ ਨੇ ਜਿਹੜਾ ਟੈਂਕ ਦੇ ਵਿੱਚ ਉੱਪਰੀ ਬੋਡੀ ਜਿਹੜੀ ਸੀਗੀ ਉਹਦੇ ਉੱਪਰ ਛੱਤ ਦੇ ਵਿੱਚ ਇਹਨਾਂ ਨੇ ਇੱਕ ਪੱਤੀਆਂ ਲਗਾਈਆਂ। ਉਹ ਜਦੋਂ ਟੈਂਕ ਖਾਲੀ ਹੋ ਜਾਂਦਾ ਹੈਗਾ, ਟੈਂਕ ਖਾਲੀ ਹੋਣ ਤੋਂ ਬਾਅਦ ਉਹ ਜਿਹੜੀ ਪੱਤੀ ਹੈਗੀ ਆ ਉਹਨੂੰ ਖਿੱਚ ਲੈਂਦੇ ਆ, ਖਿੱਚਣ ਤੋਂ ਬਾਅਦ ਜਿਹੜਾ ਉਹ ਤੇਲ ਬੇਬੀ ਟੈਂਕ 'ਚ ਜਾਂਦਾ ਉਹ ਵਾਪਸ ਵੱਡੇ ਟੈਂਕ 'ਚ ਆ ਜਾਂਦਾ, ਉਦੋਂ ਬਾਅਦ ਇਹ ਬਾਹਰ ਕੱਢ ਲੈਂਦੇ ਆ ਟੈਂਕ ਤੇਲ ਆਪਦਾ। ਠੀਕ ਹੈ। ਹੇਰਾਫੇਰੀ ਤੁਹਾਨੂੰ ਲੱਗਦਾ ਜਿਹੜੀ ਇਹਨਾਂ ਦੇ ਬਿਆਨਾਂ ਮੁਤਾਬਕ 78 ਲੀਟਰ ਹੈਗਾ ਜੀ ਪੈਟਰੋਲ ਅਤੇ 261 ਲੀਟਰ ਡੀਜ਼ਲ ਹੈ। ਅਜੇ ਕਿਸੇ ਨੂੰ ਤਫਤੀਸ਼ ਬਾਕੀ ਆ ਜੀ, ਅੱਜ ਜਿਹੜਾ ਨਾਪਤੋਲ ਟੀਮ ਬੁਲਾਈ ਆ ਅਤੇ ਨਾਲੇ ਆਪਣਾ
ਨਹਿਰਾ ਮਹਿਕਮਾ ਬਲੈਕ ਕੰਪਨੀ ਦੇ ਮੁਲਾਜ਼ਮ ਬੁਲਾਏ ਗਏ, ਉਹ ਆਪਾਂ ਨੂੰ ਅੱਜ ਜਿਹੜੀ ਕੋਈ ਰਿਪੋਰਟ ਦੇਣਗੇ, ਉਸ ਤੋਂ ਬਾਅਦ ਜਿਹੜੀ ਅਗਲੀ ਜਿਹੜੀ ਗ੍ਰਿਫਤਾਰੀ ਸੰਬੰਧੀ ਕਾਰਵਾਈ ਅਮਲ 'ਚ ਲੈ ਲਈ ਜਾਵੇਗੀ। ਦੋਵਾਂ ਖਿਲਾਫ ਦਰਜ ਆ ਮਾਮਲਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।